ਸਾਡਾ ਕਸੂਰ ਇਤਨਾ ਕ ਹੈ ਮੈਂ ਤੁਹਾਨੂੰ ਅਸਲ ਲੜਾਈ ਦੀ ਵਿੱਚ ਬਿਜਲੀ ਵਜਾ ਦੱਸਣਾ ابو ਵੀ ਕੋਲ ਬੈਠਾ ਹੋਇਆ ਲੈਣਾ ਅੱਗੇ ਮੈਂ ਕਲਿੱਪ ਚਲਾਣਾ ਉਹ ਤੁਸੀਂ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਬਾਈ ਯਾਜ਼ ਸਾਹਿਬ ਕਿੰਨੇ ਗਰੀਬ ਨੇ ਜਦੋਂ ਐਲ ਸੀ ਡੀ ਵਿਖਾਈ ਹੈ ਨਾ ਮੈਂ ਮੈਂ ਤਾਂ ਹਾਲ ਪੁੱਛਣ ਗਿਆ ਸੀ ਨਾਲ ਮੁਬਾਰਕਬਾਦ ਦੇਣ ਗਿਆ ਸੀ ਐਲ ਸੀ ਡੀ ਦੀ ਤੇ ਕਹਿ ਰਾ ਜੀ ਐਲ ਸੀ ਡੀ ਜਿਹੜਾ YouTube ਤੇ ਨਹੀਂ ਦਿਖਾਣੀ ਆ ਕਿ ਲੋਕ ਸਮਝਣਗੇ ਕਿ ਯਾਜ਼ ਐਲ ਸੀ ਡੀ 80000 ਦੀ ਲੱਖ ਰੁਪਈਆ ਦੀ ਲੈ ਕੇ ਆਇਆ ਹੈ ਤੇ ਇਜਾਜ਼ਤ ਅੰਬੀਰ ਹੈ ਤੇ ਮੈਨੂੰ ਲੋਕਾਂ ਨੇ ਜਿਹੜਾ ਫਿਰ ਡਾਲਰ ਵਗੈਰਾ ਜਿਹੜਾ ਨਹੀਂ ਭੇਜਣੇ ਨੇ ਤੂੰ ਜਿਹੜਾ ਨਲ ਸੀਡੀ ਨਾ ਵਖਾ ਇਸ ਤਰ੍ਹਾਂ ਦੀ ਜਿਹੜੀ ਬੂ ਐਨ ਮੈਂ ਗੱਲ ਕੀਤੀ ਸੀ ਲੇਕਿਨ ਮੈਂ ਕਲਿੱਪ ਰੱਖੀ ਹੋਈ ਹੈ ਤਨ ਪਹਿਲੇ ਕਲਿੱਪ ਵੇਖੋ ਫਿਰ ਬਾਅਦ ਦੇ ਗੱਲ ਕਰਨੇ ਆ ਹਾਂਜੀ ਭਾਈ ਉਹ ਜਿਹੜੀ ਨਾ ਰਾਤ ਨੂੰ ਤबीयत ਭਾਈ ਜਣ ਮੈਨੂੰ ਪਤਾ ਕੋਈ ਨਹੀਂ ਹੈਗਾ ਸੀ ਰਾਤ ਨੂੰ ਜਿਹੜੀ ਤੁਹਾਡੀ ਤबीयत ਖਰਾਬ ਹੋ ਗਈ ਹੁਣ ਸੁਣਾਓ ਨਾਲੇ ਐਲ ਸੀ ਡੀ ਦੀ ਜਿਹੜੀ ਨਾ ਮੁਬਾਰਕਬਾਦ ਦੇਣੀ ਸੀ ਤੁਹਾਨੂੰ ਹਾਂ ਕਿੰਨੇ ਦੀ ਲੈਣ ਦੀ ਐਲ ਸੀ ਡੀ ਨਹੀਂ ਵੇਚੀ ਖਾਣ ਐਲ ਸੀ ਡੀ ਨਹੀਂ ਵੇਚੀ ਕਿਉਂ ਨਹੀਂ ਵੀ ਕਰ ਕੱਲ ਉਹ ਕਹਿ ਰਿਹਾ ਫਲਾਂਡ ਨਵਾਜ਼ ਇੰਜ ਕਰ ਛੜ ਨਵਾਜ਼ ਇੰਜ ਖੜੇ ਨਵਾਜ਼ ਕੀ ਕਰ ਛੜ ਨਵਾਜ਼ ਇਹੋ ਖੁਸ਼ ਕੀਤਾ ਹੋਗਾ ਕਿ ਤੁਹਾਨੂੰ ਕਾਮਯਾਬ ਉਹਨੇ ਕਰ ਦਿੱਤਾ ਹੈ ਤੁਹਾਡੇ ਬੱਚਿਆਂ ਦੀ ਰੋਜ਼ੀ ਚਲਾ ਦਿੱਤੀ ਆ ਇਹ ਮੇਰੇ ਕੋ ਗੁਨਾਹ ਹੋ ਗਿਆ ਮੈਂ ਮਾਦਰ ਚਾਨਾ ਕਰੇ ਗੁਨਾਹ ਕੀਤਾ ਨਾ ਤੇ ਮਾਦਰ ਚਾਨਾ ਸਾਰਿਆਂ ਤੋਂ ਕੱਲ ਜਿਹੜਾ ਨਾ ਮੈਂ ਗਿਆ ਸੀ ਜਦੋਂ ਬਾਈਜਾਦ ਦੀ ਜਿਹੜੀ ਨਾ ਪੁੱਛਣ ਤਬੀਅਤ ਦਾ ਔਰ ਐਲ ਸੀ ਡੀ ਦੀ ਮੁਬਾਰਕ ਬਾਤ ਦੇਣ ਆ ਗਿਆ ਸੀ ਕਿ ਭਾਈ ਜੀ ਤੁਸੀਂ ਐਲ ਸੀ ਡੀ ਲੈਣ ਦੀ ਆ ਤੁਸੀਂ ਦੱਸਿਆ ਕੋਈ ਨਹੀਂ ਆ ਬੱਚਿਆਂ ਕੋ ਮੈਨੂੰ ਤਾਂ ਪਤਾ ਲੱਗਿਆ ਠੀਕ ਆ ਔਰ ਉਹਨੇ ਕਿਹਾ ਮੈਂ ਐਲ ਸੀ ਡੀ ਜਿਹੜਾ ਨਾ ਨਹੀਂ YouTube ਤੇ ਦਿਖਾਣੀ ਮੈਂ ਨਹੀਂ ਦਿਖਾ ਸਕਦਾ ਠੀਕ ਆ ਮੈਂ ਕਲਿੱਪ ਕੱਟ ਦਿੱਤੀ ਸੀ ਲੇਕਨ ਮੈਂ ਮੋਬਾਈਲ ਦੇ ਵਿੱਚੋਂ ਦੁਬਾਰਾ ਰਿਕਵਰ ਅੱਜ ਕੀਤੀ ਆ ਤੇ ਨਹੀਂ ਮੈਨੂੰ ਪਤਾ ਨਹੀਂ ਹੈਗਾ ਸੀ ਕਿ ਜਿਹੜਾਗਾ ਨਾ ਇਹ ਮੈਨੂੰ ਇਸ ਕਲਿੱਪ ਦੀ ਮੈਨੂੰ ਜ਼ਰੂਰਤ ਪਾਣੀ ਨਹੀਂ ਤੇ ਮੈਂ ਡਿਲੀਟ ਕੋਈ ਨਹੀਂ ਕਰਨੀ ਸੀ ਇਹ ਸੁਕਾਰੇ ਕਿ ਰੀਸਾਈਕਲ ਬਿਨ ਦੇ ਵੇਚਣਾ ਮੋਬਾਈਲ ਦੇ ਵਿੱਚ ਟਰੈਸ਼ ਬਿਨ ਦੇ ਵਿੱਚ ਪਈ ਹੈਗੀ ਸੀ ਕੋ ਵਾਪਸ ਮੈਰੀ ਰਿਕਵਰ ਕਰਕੇ ਲੈਣ ਦੀ ਆ ਇਹ ਖੁਦ ਆਪਣੇ ਮੂੰਹੋਂ ਕਹਿ ਰਿਹਾ ਹੈ ਕਿ ਮੈਂ ਆਪਣੀ ਐਲ ਸੀ ਡੀ ਜਿਹੜਾ ਨਾ YouTube ਤੇ ਨਹੀਂ ਦਿਖਾ ਸਕਦਾ ਕਿਉਂ ਨਹੀਂ ਦਿਖਾ ਸਕਦਾ ਇਸ ਕਰਕੇ ਨਹੀਂ ਦਿਖਾ ਸਕਦਾ ਕਿ ਬਰਾ ਜਿਹੜਾਗਾ ਨਾ ਮੇਰਾ ਇਹ ਇਹ ਵਿਖਾਣਾ ਚਾਹੁੰਦਾ ਕਿ ਭਰਾ ਮੇਰਾ ਮੀਰਤਰੀ ਨੇ ਮਗਰੀਬਾ ਇਹ ਆਪਣੀ ਜਿਦਾਦ ਆਪਣੀ ਐਸ਼ੋ ਆਰਾਮ ਜਿਹੜੇ ਪੀਜ਼ੇ 버ਗਰ ਖਾਂਦੇ ਨੇ ਆਪਣੇ ਟਿੱਕੇ ਕਬਾਬ ਖਾਂਦੇ ਨੇ ਉਹ ਲੁਕਾ ਕੇ ਰੱਖਦੇ ਨੇ ਅਸੀਂ ਨਹੀਂ ਦੁਕਾਇਆ ਕਦੇ ਅਲਹਮਦੁਲਿਲਾ ਯੂਪੀਐਸ ਲਵਾਇਆ ਫ੍ਰਿਜ ਲਈਆ ਜਿਤਨੀਆਂ ਇੱਕ ਚੀਜ਼ਾਂ ਲਈਆਂ ਨੇ ਜਿਹਦੀਆਂ ਤੁਹਾਡੇ ਸਾਹਮਣੇ ਵਿਖਾਈਆਂ ਨੇ ਠੀਕ ਹੈ ਜਦੋਂ ਇਹ ਦੇਖੋ ਪੈਸੇ ਪਹਿਲੇ ਪਹਿਲੇ ਇਹਦੇ ਕੋ ਕੋਈ ਪੈਸੇ ਹੈਗੇ ਸੀ ਮੈਂ ਵੀ ਮੰਨਦਾ ਪਹਿਲੇ ਪਹਿਲੇ ਕੋਈ ਨਹੀਂ ਹੈਗੇ ਸੀ ਜਦੋਂ ਹੁਣ ਇਹਦੇ ਕੋ ਪੈਸੇ ਆਣ ਹੁਣ ਤੈਨੂੰ ਕਮਨਸ ਕਮ ਜਿਹੜਾ ਨੂੰ ਦਿਖਾਣਾ ਚਾਹੀਦਾ ਜਦੋਂ ਨਹੀਂ ਹੈਗੇ ਸੀ ਉਦੋਂ ਚੱਲ ਗੱਲ ਠੀਕ ਮੌਜੂਦ ਨੇ ਉਦੋਂ ਤਾਂ ਕਮਜ਼ ਕਮ ਕਵੇ ਨਾ ਕਿ ਮੇਰੇ ਕੋ ਪੈਸੇ ਹੈ ਗਿਆ ਹੁਣ ਅਲਹਮਦੁਲਿਲਾ ਮੈਂ ਸਹੀ ਖਾ ਪੀ ਰਿਹਾ ਲੋਕਾਂ ਨੂੰ ਗੁਰਬਤ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸਿਰਫ ਬਾਕੀ ਹੋਰ ਕੁਝ ਵੀ ਕੋਈ ਨਹੀਂ ਆ ਇੱਕ ਬੰਦਾ ਜਿਹੜਾ 80000 ਦੀ ਜਾਂ ਲੱਖ ਦੀ ਐਲਸੀਡੀ ਲੈ ਸਕਦਾ ਉਹ 50 ਰੁਪਏ ਦੀ ਕੀ ਦਵਾਈ ਨਹੀਂ ਲੈ ਸਕਦਾ ਜਾਂ 100 ਰੁਪਏ ਦੀ ਜਾ ਕੇ ਦੁਕਾਨ ਤੋਂ ਕਹਿ ਰਹੇ ਮੇਰੇ ਕੋ 50 100 ਰੁਪਿਆ ਜਾਂ 500 ਰੁਪਿਆ ਜਿਹੜਾ ਮੰਗ ਕੇ ਲੈ ਆਮਨਾ ਬਰਾ ਕੁਲ ਜਿਹੜਾ ਗਨ ਮੇਰੇ ਕੋ ਦਵਾਈ ਦੇ ਪੈਸੇ ਕੋਈ ਨਹੀਂ ਆ ਇਸ ਤੋਂ ਵੱਡਾ ਹੀ ਕੋਈ ਡਰਾਮੇਬਾਜ਼ੀ ਹੋਣੀ ਆ ਮੈਨੂੰ ਤੁਸੀਂ ਦੱਸੋ ਮੇਰਾ ਟੌਪਿਕ ਕੋਈ ਨਹੀਂ ਹੈਗਾ ਲੇਕਿਨ ਮੈਂ 2-4 ਜਿਹੜੀਆਂ ਨਾ ਗੱਲਾਂ ਜ਼ਰੂਰ ਕਰਾਂਗਾ ਪਹਿਲੇ-ਪਹਿਲੇ ਫਿਰ ਜਿਹੜਾ ਨਾ ਆਪਣਾ ਵਲੌਗ ਸ਼ੁਰੂ ਕਰਨਾ ਹੈ ਕਿਉਂਕਿ ਉਹ ਸਿਆਣਿਆਂ ਦੀ ਕਹਾਵਤ ਹੈ ਜੱਗਾ ਅਗੋਂ ਚੱਕੀ ਆਈ ਜਾਂ ਪਿੱਛੋਂ ਚੱਕੀ ਨੁਕਸਾਨ ਪੜਾਇਆ ਠੀਕ ਹੈ ਨੰਗਾ ਸੀ ਹੋਣਾ ਤੇ ਕਾਫੀ ਸਾਰ ਬੰਨ ਭਾਈ ਰਾਤ ਨੂੰ ਮਿਸਰਾ ਦੇ ਰਹੇ ਸੀ ਮੈਂ ਤੁਹਾਨੂੰ ਅੱਬੂ ਦੇ ਏਜੰਟ ਗੱਲ ਸੁਣਾ ਦੇਣਾ ਠੀਕ ਆ ਉਹ ਕਹਿੰਦੇ ਆ ਨਾ ਕਿ ਕਿਸੇ ਨੂੰ ਤੋਲੇ ਨਾ ਪੀੜਾ ਬੱਦ ਦਾ ਰਾਂਗ ਨਾ ਮਟਾਵੇ ਸੋਬਤ ਜਿਹੜੀ ਜ਼ਰੂਰ ਲੈਂਦਾ ਹੈ ਗੱਲ ਉਹ ਹੋਈ ਆ ਉਹਨੂੰ ਨਾ ਬਹਾਨਾ ਸਮੇਂ ਇੱਕ ਹੁਣ ਤੇ ਲੱਗ ਗਿਆ ਮੰਗਣ ਪਿੰਨ ਦਾ ਉਹ ਨੇ ਇੱਜ਼ਤ ਇੱਜ਼ਦਾ ਇਜ਼ਤਦਾਰ ਇਨਸਾਨ ਹੋ ਹੁੰਦਾ ਜਿਹਨੂੰ ਇਜ਼ਤ ਦੀ ਫਿਕਰ ਹੋਵੇ ਜਿਹੜਾ ਬੰਦਾ ਸ਼ਰਿਆਮ ਕਿਸੇ ਕੋ ਮੰਗਦਾ ਪਿੰਦਾ ਪਿਆ ਉਹਨੂੰ ਇਜ਼ਤ ਦੀ ਕੋਈ ਫਿਕਰ ਹੈ ਉਹਨੂੰ ਬਿਲਕੁਲ ਇਜ਼ਤ ਦੀ ਕੋਈ ਫਿਕਰ ਨਹੀਂ ਆ ਠੀਕ ਆ ਤੇ ਦੂਸਰੀ ਗੱਲ ਇਹ ਆ ਕਿਹੜੇ ਕਦਰ ਰੰਗ ਕੇ ਚੈਨਲ ਜੀ ਉਹਨੇ ਕੋਈ ਨਹੀਂ ਬਣਾ ਕੇ ਦਿੱਤਾ ਸੀ ਬਣਾਇਆ ਫਲਾਂਟ ਲਗਾਣੇ ਉਹ ਰੰ ਪਰਮੰਤੂ ਇਹ ਦਸੋ ਸਾਰਿਆਂ ਤੋਂ ਪਹਿਲੇ ਚੈਨਲ ਮੈਂ ਬਣਾਇਆ ਸੀ ਠੀਕ ਆ ਤੇ ਫਿਰ ਇਹਨਾਂ ਨੇ ਸ਼ਾਰਟ ਆਊਟ ਲਵਣ ਵਾਸਤੇ ਮੇਰੇ ਨਾਲ ਵੀਡੀਓ ਬਣਾਉਣ ਵਾਸਤੇ ਇਹ ਸਾਰੇ ਮੇਰੇ ਅੱਗੇ ਪਿੱਛੇ ਆ ਗਏ ਸੀ ਚਾਚੂ ਇੱਧਰ ਆਵੀ ਜਿਹੜਾ ਫੋਟੋ ਚਿੱਕੂ ਆ ਕੋਈ ਇਹ ਕਹਿੰਦਾ ਸੀ ਬਾਈ ਇੱਧਰ ਆਉ ਮੈਂ ਫੋਟੋ ਚਿੱਕੂ ਆ ਮੇਰੇ ਫੋਟੋ ਲਾਲ ਆ ਕੇ ਜਿਹੜਾ ਨਾ ਅੱਜ ਜਿਹੜਾ ਨਾ ਮਸ਼ਹੂਰ ਹੋਏ ਨੇ ਠੀਕ ਆ ਤੇ ਅੱਜ ਇਹ ਕਹਿ ਰਹੇ ਨੇ ਕਿ ਜੀ ਅਸੀਂ ਤੇ ਜਿਹੜਾ ਨਾ ਆਪੇ ਉੱਤੇ ਚੜ ਗਿਆਂ ਤੇ ਅਸੀਂ ਚੈਨਲ ਵੀ ਜਿਹੜਾ ਨਾ ਖੁਦ ਬਣਾਏ ਨੇ ਵਾਹ ਜੀ ਵਾਹ ਉਹ ਕਹਿੰਦੇ ਆ ਨਾ ਕਿ ਜਿਹੜਾ ਨਾ ਜਦੋਂ ਮਤਲਬ ਹੋਵੇ ਨਾ ਮਤਲਬ ਦਾ ਰਿਸ਼ਤਾ ਸਭ ਤੋਂ ਮਿੱਠਾ ਹੁੰਦਾ ਹੈ ਮਤਲਬ ਹੋਵੇ ਤੇ ਖੋਤੇ ਨਹੀਂ ਬੰਦਾ ਪਿਓ ਬਣਾ ਲਿੰਦਾ ਜਦੋਂ ਮਤਲਬ ਹੋਵੇ ਖੋਤੇ ਨਹੀਂ ਪਿਓ ਬਣਾ ਲਿੰਦਾ ਜਦੋਂ ਮਤਲਬ ਨਿਕਲ ਜਾਵੇ ਤੇ ਬੰਦਾ ਉਹ ਹਾਲ ਕਰਦਾ ਜਿਹੜਾ ਸਿਰਕਟ ਪੀ ਕੇ ਜਿਹੜਾ ਨਾ ਐਂਡ ਤੇ ਟੋਟਾ ਬਜਦਾ ਨੁੰਦਾ ਸਟਿਆ ਤੂੰ ਜਿਹੜਾ ਨਾ ਪੈਰ ਦੇ ਕੇ ਮਸਲ ਛੜਿਆ ਠੀਕ ਹੈ ਨਾ ਭਾਈ ਕਿਸੇ ਦਾ ਕੰਮ ਨਾ ਰਵੇ ਮੇਰੇ ਨਾਲ ਹਿਸਾਬ ਹੋਇਆ ਮੇਰੇ ਤੋਂ ਮਤਲਬ ਕੱਢਿਆ ਗਿਆ ਮਤਲਬ ਕੱਢ ਕੇ ਮੇਰੇ ਨਾਲ ਜਿਹੜਾ ਨਾ ਜਿਹੜਾ ਹਾਲ ਹੁੰਦਾ ਪਿਆ ਉਹਨਾਂ ਤੁਹਾਡੇ ਸਾਹਮਣੇ ਆ ਤੇ ਬਾਕੀ ਇਤਨੇ ਇੱਜ਼ਤਦਾਰ ਹੁੰਦੇ ਇਤਨੀ ਉਹਨਾਂ ਨੂੰ ਇੱਜ਼ਤ ਦੀ ਫਿਕਰ ਹੁੰਦੀ ਤੇ ਉਹਨਾਂ ਮਾਪੇ ਉਹਨੂੰ ਵੇਖਣਾ ਸੀ ਮੇਰੇ ਲਈ ਵੇਖਣਾ ਸੀ ਤੇ ਮੰਗਣ ਪਿੰਨ ਦਾ ਉਹਨਾਂ ਕੰਮ ਕੋਈ ਸ਼ੁਰੂ ਕਰਨਾ ਸੀ ਕਿ ਮੰਗਣ ਪਿੰਨਣ ਲੱਗਿਆ ਸਾਡੀ ਬਰਾਦਰੀ ਕੀ ਆਖੇਗੀ ਸਾਡੇ ਰਿਸ਼ਤੇਦਾਰ ਕੀ ਆਖਣਗੇ ਕਿ ਅਸੀਂ ਮੰਗ ਪਿੰਨ ਕੇ ਖਾਂਦੇ ਪਿਆ YouTube ਤੋਂ ਉਹਨਾਂ ਨੂੰ ਤੇ ਨਹੀਂ ਫਿਕਰ ਹੁੰਦੀ ਮੇਰੀ ਫਿਕਰ ਹੁੰਦੀ ਮਾਪੇ ਉਹਦੀ ਫਿਕਰ ਹੁੰਦੀ ਕਿ ਸਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਕਿ ਉਹ ਕਹਿ ਰਹੇ ਹੋਣਗੇ ਕਿ ਮੰਗ ਪਿੰਨ ਕੇ ਖਾ ਰਹੇ ਨੇ ਤੇ ਉਹਨਾਂ ਨੇ ਇਸ ਤਰ੍ਹਾਂ ਦੀ ਗੱਲਾਂ ਕਿਹੜੀਆਂ ਕਰਨੀਆਂ ਸੀ ਮੈਂ ਤੁਸੀ ਦੱਸੋ ਅੱਬੂ ਜਿਹੜਾ ਨਾ ਮੇਰੇ ਕੋਲ ਬੈਠਾ ਹੋਇਆ ਠੀਕ ਹੈ ਤੁਹਾਨੂੰ ਹੋਵੇ ਕਿ ਮੈਂ ਅਲੱਗ ਜਿਹੜਾ ਨਾ ਇਹਨਾਂ ਨੂੰ ਪਤਾ ਕੋਈ ਨਹੀਂ ਕਿ ਕਿਹੜੀਆਂ ਗੱਲਾਂ ਕੀਤੀਆਂ ਨੇ ਜਾਂ ਸੌ ਚੀਜ਼ ਹੁੰਦੀ ਆ ਮੈਂ ਹੁਣ ਵੀ ਕਹਿ ਰਿਆਂ ਕਿ ਕੱਲ ਅੱਬੂ ਨੇ ਠੀਕ ਉਹਨੂੰ ਕਿਹਾ ਸੀ ਕਿ ਜਿਹੜਾ ਨਾ ਘਰੋਂ ਬਾਹਰ ਨਿਕਲ ਜਾ ਠੀਕ ਉਹਨੇ ਇਹ ਗੱਲ ਕੀਤੀ ਉਹਨੇ ਇਹਨੂੰ ਕੋਈ ਧੱਕੇ ਮਾਰ ਕੇ ਉਹਨੂੰ ਬਾਹਰ ਕੋਈ ਨਹੀਂ ਕੱਢਿਆ ਦੂਸਰੀ ਗੱਲ ਇਹ ਆ ਕਿ ਇਹ ਆਪਸ ਪਿਓ ਪੁੱਤਰ ਜਿਹੜੇ ਲੜਿਆ ਮੈਂ ਮੇਰੇ ਨਾਲ ਦੀ ਲੜਾਈ ਵੀ ਕੋਈ ਨਹੀਂ ਹੋਈ ਕਿਸੇ ਕਿਸਮ ਦੀ ਬਲਕਿ ਮੈਨੂੰ ਕਾਫੀ ਸਾਰੀ ਗਾਲਾਂ ਗੂਲਾਂ ਖਾਟ ਕੇ ਗਿਆ ਮੈਂ ਕੋਈ ਉਹਨੂੰ ਗੱਲ ਵੀ ਨਹੀਂ ਕੀਤੀ ਕਿਸੇ ਕਿਸਮ ਦੀ ਠੀਕ ਹੈ ਦੂਸਰੀ ਗੱਲ ਇਹ ਆ ਕਿ ਘਰ ਉਹਨੇ ਖੁਦ ਛੱਡਿਆ ਠੀਕ ਹੈ ਔਰ ਉਹਨੇ ਛੱਡਣ ਦਾ ਫਾਇਦਾ ਵੀ ਉਠਾਇਆ ਬਲਕਿ ਉਹ ਘਰੋਂ ਛੱਡ ਕੇ ਗਿਆ ਤਾਂ ਉਹਨੇ ਟੌਪਿਕ ਬਣਾ ਲਿਆ ਮੰਗਣ ਦਾ ਕਿ ਉਹ ਹੋਰ ਮੰਗ ਪੈਨ ਰਿਹਾ ਕਹਿ ਰਿਹਾ ਜਿਹੜਾ ਨੂੰ ਮੈਂ ਘਰ ਛੱਡਤਾ ਤੇ ਜਲਦੀ ਜਲਦੀ ਜਿਹੜਾ ਮੇਰੇ ਲਈ ਪੈਸੇ ਭੇਜੋ ਸਾਰੇ ਜਿਹਨੇ ਤੇ ਜਿਹੜਾ ਨਾ ਮੈਂ ਆਪਣਾ ਜਿਹੜਾ ਨਵਾਂ ਕਾਰ ਲੈ ਲਵਾਂ ਕਾਲਣਾ ਠੀਕ ਆ ਮੇਰਾ ਮਸ਼ਵਰਾ ਇਹ ਆ ਕਿ ਅੱਬੂ ਕਹਿ ਰਿਹਾ ਕਿ ਜਿਹੜਾ ਕਨਾ ਠੀਕ ਉਹ ਆਪਣੇ ਘਰ ਆਵੇ ਠੀਕ ਹੈ ਦੂਸਰੀ ਗੱਲ ਇਹ ਆ ਕਿ ਇਹ ਅੱਬੂਆਂ ਦਾ ਕਮਰਾ ਜਿਹੜਾ ਨਾ ਬਾਈਜਾਦ ਵਾਲੀ ਸਾਈਡ ਤੇ ਪਿਆ ਹੋਇਆ ਮੈਨੂੰ ਨਹੀਂ ਪਤਾ ਹੈਗਾ ਸੀ ਕਿ ਜਿਹੜਾ ਨਾ ਬਾਈਜਾਦ ਅੱਗੇ ਚੱਲ ਕੇ ਜਿਹੜਾ ਨਾ ਮੇਰੇ ਨਾਲ ਇਹ ਸਾਹਬ ਜਿਹੜਾ ਨਾ ਸਾਡੀ ਸਾਰੀ ਫੈਮਿਲੀ ਨਾਲ ਇਹ ਸਾਫ ਕਰੇਗਾ ਪਤਾ ਨਹੀਂ ਹੈਗਾ ਸੀ ਨਹੀਂ ਤਾਂ ਮੈਂ ਇਸ ਸਾਈਡ ਤੇ ਜਿਹੜਾ ਨਾ ਬੂਰਾ ਦਾ ਕਮਰਾ ਪਾਣਾ ਨਹੀਂ ਹੈਗਾ ਸੀ ਅੱਲਾ ਕਹਿਆ ਸਾਰਾ ਜਿਹੜਾ ਸਿਸਟਮ ਹੈ ਨਾ ਮੈਂ ਖੁਦ ਹੀ ਬਣਾਇਆ ਇਹਦੇ ਵਿੱਚ ਕੋਈ ਇੰਦਾ ਉੰਦਾ ਕੋਈ ਪੈਸਾ 1 ਰੁਪਿਆ ਵੀ ਨਹੀਂ ਲੱਗਾ ਹੋਇਆ ਹੁਣ ਮੈਂ ਸੋਚ ਰਿਹਾ ਕਿ ਇਹ ਆਲਾ ਕੰਬਾਇ ਜਿਹੜਾ ਪੱਟ ਕੇ ਆਪਾਂ ਉਸ ਸਾਈਡ ਤੇ ਕਰ ਲਵਾਂਗੇ ਠੀਕ ਹੈ ਨਹੀਂ ਤਾਂ ਕਵਾਂਗੇ ਕਿ ਰੱਖ ਲਵੋ ਠੀਕ ਹੈ ਇੰਨੀ ਇੱਟਾ ਦੇ ਦੇਵੇਗਾ ਆਪਾਂ ਨੂੰ ਠੀਕ ਹੋ ਗਿਆ ਤੇ ਆ ਕੇ ਆਪਣੀ ਜਿਹੜੀ ਨਾ ਦੀਵਾਰ ਖਿੱਚੇ ਆਪਣੀ ਸਾਈਡ ਤੇ ਕਬਜ਼ਾ ਕਰ ਆ ਕੇ ਜੈਜ਼ ਹੈ ਬਾਵੇਂ ਕੰਜਰ ਲਿਆਵੇ ਜੋ ਮਰਜ਼ੀ ਕਰੇ ਕਿਉਂਕਿ ਸਾਡਾ ਕਸੂਰ ਇਤਨਾ ਹੈ ਕ ਮੈਂ ਤੈਨੂੰ ਦੱਸਣਾ ਸਾਡਾ ਕਸੂਰ ਇਤਨਾ ਹੈ ਮੈਂ ਤੁਹਾਨੂੰ ਅਸਲ ਲੜਾਈ ਦੀ ਵਿੱਚ ਬਿਜਲੀ ਵਜਾ ਦੱਸਣਾ ਅੱਬੂ ਵੀ ਕੋਲ ਬੈਠਾ ਹੋਇਆ ਜਾਂ ਤੂੰ ਅੱਬੂ ਤੇਨ ਦੀ ਜਿਹੜੀ ਨਾਲ ਲੜਾਈ ਹੋਈ ਹੈ ਮੇਰੇ ਅਤ ਵਿੱਚ ਤਲਾਕ ਹੀ ਕੋਈ ਨਹੀਂ ਹੈ ਨਾ ਮੈਨੂੰ ਤਬੀਲਾ ਵਜਾ ਵਿੱਚ ਸਮਝਣ ਲੱਗੇ ਨਾ ਬਿਲਾ ਵਜਾ ਉੱਥੇ ਜਾ ਕੇ ਜਿਹੜੀਆਂ ਨਾਲ ਗੱਲਾਂ ਕੀਤੀਆਂ ਤੁਸੀਂ ਕੱਲ ਲੜਾਈ ਜੀ ਵੇਖਿਆ ਹੋਣਾ ਮੇਰਾ ਲੜਾਈ ਨਾਲ ਤਲਾਕ ਹੀ ਕੋਈ ਨਹੀਂ ਹੈਗਾ ਮੈਨੂੰ ਬਿਲਾ ਵਜਾ ਉਹਨੇ ਜਿਹੜੀਆਂ ਨਾਲ ਗੱਲਾਂ ਕੀਤੀਆਂ ਨੇ ਹਾਲਾਂਕਿ ਮੈਂ ਉਹਨੂੰ ਕੋਈ ਗੱਲ ਹੀ ਨਹੀਂ ਕੀਤੀ ਆ ਠੀਕ ਆ ਮੈਂ ਹੁਣ ਤੁਹਾਨੂੰ ਅਸਲ ਜਿਹੜੀ ਨਾਲ ਵਜਾ ਦੱਸਣਾ ਅਸਲ ਵਜਾ ਇਹ ਆ ਕਿ ਉਹਦੇ ਨਾਲ ਜਿਹੜਾ ਮੁੰਡਾ ਆਂਦਾ ਸੀ ਨਾ ਠੀਕ ਆ ਉਹਨੇ ਅੰਮੀ ਅੱਬੂ ਨੂੰ ਮੈਨੂੰ ਜਿਹੜੀਆਂ ਨਾ ਉੱਥੇ ਘਰ ਬੈ ਕੇ ਜਿਹੜੀਆਂ ਗਾਲਾਂ ਕੱਢੀਆਂ ਗਿਆ ਸੀ ਠੀਕ ਹੈ ਕੁਛ तकरीबन 10 15 ਦਿਨ ਪਹਿਲੇ ਦੀ ਗੱਲ ਹੈ ਠੀਕ ਹੈ ਉਹਨੇ ਕਿਹਾ ਹੈਗਾ ਕਿ ਮੈਂ ਤੁਹਾਡੇ ਬੂਏ ਤੇ ਮੂਤਰਦਾ ਨਹੀਂ ਆ ਫਲਾਂ ਨਹੀਂ ਇਸ ਤਰ੍ਹਾਂ ਦੀ ਗਲਤ ਗਲਤ ਗਾਲਾਂ ਕੱਢੀਆਂ ਨੇ ਮੇਰੇ ਮਾਂ ਪੈ ਉਹਨੇ ਗੱਲਾਂ ਕੀਤੀਆਂ ਤੇ ਮੈਂ ਇਜਾਜ਼ਤ ਬਾਈ ਨਹੀਂ ਕਿਹਾ ਸੀ ਮੈਂ ਕਿਹਾ ਤੇਰਾ ਦੋਸਤ ਹੈ ਭਾਈ ਹੈ ਜੋ ਮਰਜ਼ੀ ਆ ਠੀਕ ਆ ਇਹਨੂੰ ਜਿਹੜਾ ਨਾ ਤੂੰ ਘਰ ਨਹੀਂ ਵੜਨ ਦੇਣਾ ਠੀਕ ਹੈ ਇਹਦਾ ਸਾਡਾ ਤਲਕ ਕੋਈ ਨਹੀਂ ਆ ਨੇ ਇਸ ਤਰੀਕਾ ਗਲਤ ਗੱਲਾਂ ਕੀਤੀਆਂ ਨੇ ਤੇ ਇਹਨੂੰ ਤੂੰ ਘਰ ਨਹੀਂ ਵੜਨ ਦੇਣਾ ਤੇ ਅੱਬੂ ਨੇ ਇਹ ਗੱਲ ਕੀਤੀ ਕਿ ਤੂੰ ਨੂੰ ਕਾਰ ਨਹੀਂ ਵੜਨ ਦੇਣਾ ਸਾਡੇ ਰੋਕਣ ਦੇ ਬਾਵਜੂਦ ਵੀ ਉਹਨੇ ਉਹਦੇ ਨਾਲ ਇਥੇ ਆ ਕੇ ਸ਼ਾਮ ਨੂੰ ਪਾਰਟੀਆਂ ਪੀਜ਼ੇ 버ਗਰ ਜਿਹੜੇ ਨਾਲ ਚੱਲਣ ਪੈ ਸਾਰੇ ਤੇ ਸਾਨੂੰ ਤੂੰ ਚਿਡਾਵਣ ਤੇ ਸਾਨੂੰ ਜਿਹੜਾ ਨਾਲ ਤੂੰ ਛੇੜਖਾਨੀ ਕਰਦੇ ਸੀ ਅੰਮੀ ਅੱਬੂ ਰਣ ਤੇ ਸਾਨੂੰ ਵੀ ਤੇ ਐਸ ਵਜਿਆਂ ਤੋਂ ਜਿਹੜੀ ਐ ਨਾ ਲੜਾਈ ਪਈ ਏ ਹੋਰ ਤੀਸਰੇ ਕੋਈ ਗੱਲ ਹੀ ਕੋਈ ਨ ਕਿਸੇ ਕਿਸਮ ਦੀ ਝਰੀਸਾਰੀ ਵੀ ਜਿਹੜੀ ਝਰੀਸਾਰੀ ਕੋਈ ਗੱਲ ਦੂਸਰੀ ਗੱਲ ਇਹ ਖੋਰ ਆ ਜਿੰਦੀ ਵਜ੍ਹਾ ਨਾਲ ਲੜਾਈ ਹੋਈ ਆ ਸਮੇਂ ਕਿ ਦੋ ਗੱਲਾਂ ਹੋਈਆਂ ਨੇ ਜਿੰਦੀ ਵਜ੍ਹਾ ਤੋਂ ਅੱਬੂ ਨਿਕਲ ਜੜਾ ਨ ਗੁੱਸਾ ਆਇਆ ਵੀ ਸਾਰਾ ਦਿਨ ਇਹ ਗਿਆ ਸੀ ਕੱਲ ਸਾਈਵਾਲ ਠੀਕ ਆ ਇਹਨਾਂ ਨੇ ਸ਼ੋਪਿੰਗ ਵਗੈਰਾ ਕੀਤੀ ਆ ਸਾਰੇ ਦਿਨ ਉਹ ਮੁੰਡਾ ਹੈਗਾ ਸੀ ਚਾਚੇ ਦਾ ਮੁੰਡਾ ਹੈਗਾ ਸੀ ਨਾਲ ਲੰਦੇ ਤੇ ਇਹ ਹੈਗਾ ਸੀ ਇਹਦੀ ਵਾਈਫ ਹੈਗੀ ਸੀ ਦੋ ਮੋਟਰਸਾਈਕਲ ਹੈ ਸਾਰਾ ਦਿਨ ਇਹਨਾਂ ਨੇ ਸ਼ੋਪਿੰਗ ਕਰਕੇ ਆਏ ਨੇ ਤਕਰੀਬਨ 1.5 1.5 ਲੱਖ ਜਿੰਨੇ ਵੀ ਸ਼ੋਪਿੰਗ ਕੀਤੀ ਉਹਨਾਂ ਆਪਣਾ ਤਲਕ ਕਾਫੀ ਸਾਰ ਬਣਾ ਬਾਈ ਕਹਿ ਰਹੇ ਸੀ ਇੰਨੇ ਪੈਸੇ ਕੌਣ ਦਿੰਦਾ ਲੱਖ ਰੁਪਏ ਦਿੱਤੇ ਨਾ LED ਲੈ ਆਂਦੀ ਹੈ 60 ਕੇ 65 ਇੰਚ ਦੀ ਪਤਾ ਨਹੀਂ ਇੰਨੀ ਵੱਡੀ LED ਇਹਨਾਂ ਲੈ ਕੇ TCL ਵਾਲਿਆਂ ਦੀ ਤੁਸੀਂ ਕਹਿ ਰਹੇ ਹੋ ਕਿ ਇਹਨੇ 60 ਲੱਖ ਨਹੀਂ ਹੋਣਾ 60000 ਹੋਣਾ ਅੱਡ ਨਹੀਂ ਬੇਵਕੂਫ ਅਸੀਂ ਕੋਈ ਨਹੀਂ ਆ ਗਿਆ ਠੀਕ ਆ ਤੇ ਦੂਸਰੀ ਗੱਲ ਆ ਕਿ ਇਹਨੂੰ ਜਿਹੜਾ ਨਾ ਅਬਨ ਰੋਕਿਆ ਸੀ ਕਿ ਅਗਲੇ ਰਾਤ ਉਹਨੇ ਜਿਹੜਾ ਨਾ ਨਕਲ ਵੀਡੀਓ ਬਣਾਈ ਸੀ ਡਰਮ ਮੇ ਬਾਜੀ ਵਾਲੀ ਵੀਡੀਓ ਬਣਾਈ ਸੀ ਬਿਮਾਰ ਮੂਮੂਰ ਹੈਗਾ ਕੋਈ ਨਹੀਂ ਸੀ ਤੇ ਬਿੱਲਾ ਵਜਾ ਜਿਹੜਾ ਨਮਜੀਤ ਪਾ ਕੇ ਹਾਂ ਹਾਂ ਇਹ ਕਰ ਰਿਆ ਸੀ ਮੇਰੇ ਨਾਲ ਗੁਰਦਿਆਂ ਵਿੱਚ ਨਾ ਕਹਿ ਰਿਹਾ ਸੀ ਗੁਰਦਿਆਂ ਮਹਿਸੂਸ ਹੋ ਰਹੀ ਆ ਜਿਵੇਂ ਨਾ ਪੱਥਰੀਏ ਮੈਨੂੰ ਦੱਸੋ ਐਕਸ-ਰੇ ਤੋਂ ਬਗੈਰ ਪਤਾ ਲੱਗਦਾ ਗੁਰਦਿਆਂ ਚ ਪੱਥਰੀ ਐ ਕਿ ਨਹੀਂ ਹੱਥ ਲਾਇਆ ਪਤਾ ਲੱਗ ਗਿਆ ਕਿ ਗੁਰਦਿਆਂ ਦੇ ਵਿੱਚ ਪੱਥਰੀ ਐ ਇਸ ਤਰ੍ਹਾਂ ਦੀ ਕੋਈ ਡਰਾਮੇਬਾਜ਼ੀ ਬੰਦਾ ਕਰਦਾ ਇਨਸਾਨ ਤੁਸੀਂ ਜਾ ਕੇ ਕੋਈ ਵੀਡੀਓ ਵੇਖੋ ਤੁਹਾਨੂੰ ਪਤਾ ਲੱਗ ਜਾਵੇ ਕਿ ਡਰਾਮੇਬਾਜ਼ੀ ਦਾ ਅੱਬੂ ਨੇ ਰੋਕਿਆ ਕਿ ਸਾਡਾ ਕੰਮ ਡਰਾਮੇਬਾਜ਼ੀਆਂ ਵਾਲਾ ਕਰਨਾ ਇਹ ਕੰਮ ਗਲਤ ਐ ਇੱਕ ਕੋਨ ਦੇ ਵਿੱਚ ਇਹ ਚੀਜ਼ਾਂ ਵਿਖਾਂਦਾ ਸੀ ਕਿ ਮੈਂ ਕੱਲਾ ਮੁਕੱਲਾ ਮੈਂ ਇਕੱਲਾ ਮੁਕੱਲਾ ਸਾਡੇ ਨਾਲ ਕੋਈ ਬੰਦਾ ਵੀ ਕੋਈ ਨਹੀਂ ਆ ਤੇ ਦਵਾਈ ਵੀ ਜਿਹੜੀ ਐ ਨਾ ਹੁਰੈਰਾ ਸਾਨੂੰ ਲਿਆ ਕੇ ਦਿੰਦਾ ਪਿਆ ਮੇਰੇ ਕੋਲ ਦਵਾਈ ਦੇ ਪੈਸੇ ਵੀ ਕੋਈ ਨਹੀਂ ਤੇ ਅੱਬੂ ਨੂੰ ਅੱਬੂ ਨੂੰ ਜਿਹੜਾ ਹੈਗਾ ਨਾ ਇਸ ਚੀਜ਼ ਦਾ ਲੱਗਿਆ ਗੁੱਸਾ ਕਿ ਸਾਡੇ ਕੋਈ ਤਨੇ ਪੈਸੇ ਹੋਣ ਦੇ ਬਾਵਜੂਦ ਵੀ ਤੇ ਤੂੰ ਕਹਿ ਰਿਹਾ ਕਿ ਜਿਹੜਾ ਨਾ ਇਤਨਾ ਖੁਸ਼ ਵੀ ਤੂੰ ਕੱਲ ਇਤਨੀ ਸ਼ਾਪਿੰਗ ਕਰਕੇ ਆਂਦਾ ਪਿਆ ਤੇ ਹੁਣ ਤੂੰ ਕਹਿ ਰਿਹਾ ਮੇਰੇ ਕੋ ਦਵਾਈ ਦੇ ਪੈਸੇ ਵੀ ਕੋਈ ਨਹੀਂ ਹੈ ਬਿਮਾਰੀ ਦੇ ਗੱਤੀ ਨਾਟਕ ਕਰਨਾ ਸਮਝ ਲਾ ਕੇ ਗਿਆ ਆਖਿਆ ਬਿਆਜਾ ਚਲੀਏ ਹਾਂਜੀ ਅੱਬੂ ਨੇ ਅੱਬੂ ਨੇ ਉਹਨੂੰ ਇਹ ਵੀ ਕਿਹਾ ਮੈਂ ਨਹੀਂ ਹੱਥ ਵੀ ਹਾਂ ਹਾਂ ਅੱਬੂ ਨੇ ਕਿਹਾ ਮੈਂ ਨਹੀਂ ਹੱਥ ਵੀ ਖਾਣਾ ਅੱਬੂ ਨੇ ਕਿਹਾ ਅਸੀਂ ਹਾਲਾਂਕਿ ਕਿਹਾ ਸੀ ਜੇ ਤੂੰ ਕਰਦਾ ਹੀ ਪਿਆ ਤਾਂ ਦੂਸਰੀ ਗੱਲ ਇਹ ਆ ਕਿ ਉਹ ਉਹ ਕਹਿ ਰਹੇ ਨੇ ਕਿ ਮੇਰੇ ਕੋਲ ਦਵਾਈ ਦੇ ਪੈਸੇ ਕੋਈ ਨਹੀਂ ਆ ਗਿਆ ਪਰਸੋਂ ਕਹਿ ਰਹੇ ਸੀ ਮੇਰੇ ਦਵਾਈ ਦੇ ਪੈਸੇ ਕੋਈ ਨਹੀਂ ਆ ਤੇ ਕਮਨਜ਼ ਕਮਾ 3 3.5 ਲੱਖ ਦੀਆਂ ਇੱਟਾਂ ਇਹ ਕੋਈ ਅਸਮਾਨ ਤੋਂ ਨਹੀਂ ਡਿਗੀਆਂ ਆ ਕਿਹੜੀਆਂ ਇੱਟਾਂ ਸਟੀਆਂ ਭਿੰਦੀ 25 15 20 ਹਜ਼ਾਰ ਇਹ ਕੋਈ ਅਸਮਾਨ ਤੋਂ ਨਹੀਂ ਡਿਗੀਆਂ ਨੇ ਕਹਿ ਰਹੇ ਮੇਰੇ ਕੋਲ 50 ਰੁਪਿਆ ਦਵਾਈ ਦਾ ਕੋਈ ਨਹੀਂ ਆ ਮੈਂ ਇਹ ਕੋਰ ਗੱਲ ਕਰਨਾ ਕਿ ਤੁਸੀਂ ਸੋਚ ਰਹੋਗੇ ਕਿ ਅਸੀਂ ਇਹ ਚੀਜ਼ਾਂ ਉਹਦੀਆਂ ਵਖਾ ਰਹੇ ਆ ਅਸੀਂ ਹਸਦ ਕਰ ਰਹੇ ਆ ਅਲਹਮਦੁਲਿਲਾ ਅੱਲਾ ਪਾਕ ਦਾ ਸ਼ੁਕਰ ਹੈ ਮੈਂ ਅੱਲਾ ਪਾਕ ਦਾ ਬਹੁਤ ਕੁਝ ਦਿੱਤਾ ਹੋਇਆ ਔਰ ਮੈਂ ਖੁਦਾ ਦੀ ਕਸਮ ਮੈਨੂੰ ਬੱਚਿਆਂ ਦੀ ਕਸਮ ਮੈਂ ਚੱਕ ਕੇ ਕਹਿ ਰਿਹਾ ਮੈਂ ਅਗਰ ਇਹਨਾਂ ਤੇ ਹਸਦ ਕਰਦਾ ਮੈਂ ਕੋਈ ਗੱਲ ਕਰਦਾ ਮੈਂ ਮਸਲਾ ਹਸਦ ਦਾ ਨਹੀਂ ਆ ਉਹਨਾਂ ਦੀ ਚੀਜ਼ਾਂ ਵਖਾਉਣ ਦਾ ਨਹੀਂ ਆ ਕਿ ਉਹਨੇ ਲੱਖ ਦੀ ਐਲ ਸੀ ਡੀ ਲਈ ਆ ਜਾਂ ਇਟਾਂ ਸਟਾਈਆਂ ਨੇ ਮੈਨੂੰ ਇਸ ਚੀਜ਼ ਮੈਂ ਵੀ ਜਗ੍ਹਾ ਪਾਈ ਮੈਂ ਵੀ ਇਟਾਂ ਸਟਾਈਆਂ ਨੇ ਕੋਈ ਐਸਾ ਮਸਲਾ ਨਹੀਂ ਮੈਂ ਅਲ ਹਮਦੁਲਿਲਾ ਲੰਟਰ ਵਾਲੀ ਫਰੰਟ ਤੇ ਜਗ੍ਹਾ ਪਾਈ ਹੈ ਕੋਈ ਐਸਾ ਮਸਲਾ ਨਹੀਂ ਹੈ ਹਸਾਦ ਉਸਦਾਲਾ ਮਸਲਾ ਐਸ ਗੱਲ ਦਾ ਹੈ ਕਿ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਮੰਗ ਪਿੰਦ ਰਿਹਾ ਕਿ ਮੇਰੇ ਕੋ ਬੱਚਿਆਂ ਦੀ ਦਵਾਈ ਦੇ ਪੈਸੇ ਕੋਈ ਨਹੀਂ ਆ ਮੇਰੀ ਮਦਦ ਕਰੋ ਮੇਰੇ ਕੋ ਰੋਟੀ ਪਾਣੀ ਦੇ ਪੈਸੇ ਕੋਈ ਨਹੀਂ ਆ ਇਤਨਾ ਕੁਝ ਹੋਣ ਦੇ ਬਾਵਜੂਦ ਉਹ ਮੰਗੜ ਪੀਣਨ ਨੂੰ ਨੇ ਲਾਇਆ ਹੋਇਆ ਸੀ ਤੇ ਮੈਨੂੰ ਉਹਨਾਂ ਜ਼ਹਿਰ ਲੱਗ ਰਿਹਾ ਸੀ ਕਿਉਂਕਿ ਉਹਦੀ ਵਜ੍ਹਾ ਲੋਕ ਮੈਨੂੰ ਟੌਰਚਰ ਕਰ ਰਹੇ ਸੀ ਕਿ ਤੇਰਾ ਬਰਾਤੂ ਜਿਹੜਾ ਨਾ ਨਰانک ਗਾਣ ਲੱਖਾਂ ਰੁਪਏ ਡਾਂਦਾ ਫਿਰਨਾ ਸੈਰ ਕਰਦਾ ਫਿਰਨਾ ਤੇਰੇ ਬਰਾਕ ਨੂੰ ਰੋਟੀ ਪਾਣੀ ਦੇ ਦਵਾਈ ਦੇ ਪੈਸੇ ਕੋਈ ਨਹੀਂ ਆ ਉਹਦੀ ਹੈਲਪ ਕਰ ਦੇ ਉਹਦੀ ਇੰਜ ਕਰ ਦੇ ਇਸ ਤਰ੍ਹਾਂ ਦੀ ਮੈਨੂੰ ਟੌਰਚਰ ਕਰਦੇ ਸੀ ਮੈਨੂੰ ਕਹਿੰਦਾ ਸੀ ਯਾਰ ਤੇਰੇ ਕੋ ਪੈਸੇ ਜੂ ਹੈਨ ਤੇ ਤੂੰ ਆਰਾਮ ਨਾਲ ਸਕੂਨ ਨਾਲ ਬਹਿ ਕੇ ਖਾ ਯਾਰ ਇਸ ਤਰ੍ਹਾਂ ਕਿਉਂ ਕਰਨਾ ਲੋਕ ਮੈਨੂੰ ਗੱਲਾਂ ਕਰਦੇ ਨੇ ਕਹਿੰਦਾ ਤੇਰਾ ਕੀ ਮਸਲਾ ਹੈ ਮੇਰਾ ਆਪ ਮੇਰਾ ਚੈਨਲ ਹੈ ਮੈਂ ਜੋ ਮਰਜ਼ੀ ਕਰਾਂ ਠੀਕ ਆ ਤੇ ਇਸ ਤਰ੍ਹਾਂ ਦੀ ਹਰਕਤਾਂ ਦੀ ਵਜ੍ਹਾ ਤੋਂ ਜਿਹੜੀ ਨਾ ਅੱਜ ਲੜਾਈ ਹੋਈ ਆ ਔਰ ਹਕੀਕਤ ਗੱਲ ਹੈ ਕਿ ਵੇਖੋ ਨਾ ਤੁਸੀਂ ਕੋਈ ਐਸਾ ਮਾਂ ਪਿਓ ਨਹੀਂ ਆ ਜਿਹੜਾ ਹੈਗਾ ਨਾ ਇਹ ਗੱਲ ਸੋਚਦਾ ਹੋਵੇ ਕਿ ਮੇਰਾ ਬੇਟਾ ਜਿਹੜਾ ਹੈ ਨਾ ਗਲਤ ਹੋਵੇ ਗਲਤ ਰਾਹ ਤੇ ਚੱਲੇ ਠੀਕ ਆ ਉਹ ਇਹਨਾਂ ਨੇ ਸਿਰਫ ਇਹਨਾਂ ਦਾ ਇਹੋ ਕਸੂਰ ਹੈ ਮੇਰਾ ਇਹੋ ਕਸੂਰ ਹੈ ਕਿ ਮੈਂ ਉਹਨੂੰ ਗਲਤ ਰਾਤ ਰੋਕਿਆ ਕਿ ਇਹ ਰਸਤਾ ਗਲਤ ਹੈ ਇਹ ਗਲਤ ਰਸਤੇ ਤੇ ਜਿਹੜਾ ਨਾ ਚੱਲ ਬਿਲਕੁਲ ਨਾ ਚੱਲ ਨੁਕਸਾਨ ਹੈ ਉਹਦੇ ਵਿੱਚ ਉਹਦਾ ਵੀ ਨੁਕਸਾਨ ਹੈ ਸਾਡਾ ਉਹਦੇ ਨਾਲ ਜ਼ਿਆਦਾ ਨੁਕਸਾਨ ਹੈ ਕਿਉਂਕਿ ਮੈਂ ਵੱਡਾ ਬਰਾ ਹੁੰਦਾ ਉਹ ਛੋਟਾ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਮੰਗੇ ਕੋਣਾ ਸਾਡਾ ਪਿਓ ਹੈ ਅਗਰ ਮੈਂ ਇਹਨੂੰ ਛੱਡ ਕੇ ਮੈਨੂੰ ਕੋਈ ਜ਼ਰੂਰਤ ਪੈਦੀ ਪੈਸਿਆਂ ਦੀ ਇਹਨੂੰ ਛੱਡ ਕੇ ਮੈਂ ਉੱਥੇ ਕਿਸੇ ਗਵਾਂਡੀ ਵਾਂਡੀ ਕੋ ਮੰਗਾ ਕਿਸੇ ਦੇ ਗੁੱਤੜੀ ਕਰਾਂਗਾ ਤੇ ਉਹਨੇ ਆ ਕੇ ਇਹਨੂੰ ਕਹਿਣਾ ਦਿੱਤਨੀ ਸ਼ਰਮ ਆਣੀ ਚਾਹੀਦੀ ਆ ਤੇ ਤੇਰੇ ਕੋਲ ਇਤਨੇ ਪੈਸੇ ਆ ਤੇ ਪੁੱਤਰ ਤੇਰਾ ਮੰਗਦਾ ਪਿੰਦਾ ਫਿਰਦਾ ਠੀਕ ਆ ਇਹ ਉਹਨਾਂ ਦੀ ਗੱਲਾਂ ਜਿਹੜੀਆਂ ਇਹਨਾਂ ਇਹਨਾਂ ਦੇ ਜ਼ਿਹਨ 'ਚ ਕੋਈ ਸਿਰਫ ਇਹਨੂੰ ਪੈਸਾ ਨਜ਼ਰ ਆ ਰਿ ਉਕੇ ਵਿੱਚੋਂ ਆnde ਡਾਲਰ ਨਜ਼ਰ ਆ ਰਹੇ ਨੇ ਇਹਨੂੰ ਕੋਈ ਸ਼ਹਿਰ ਨਜ਼ਰ ਨਹੀਂ ਆ ਰਹੇ ਅਸੀਂ ਵੀ ਚੈਨਲ ਚਲਾ ਰਹੇ ਹਾਂ ਅਲਹਮਦੁਲਿਲਾ ਚੈਨਲ ਚੋਂ ਅੱਛੀ ਖਾਸੀ ਕਮਾਈ ਹੁੰਦੀ ਆ ਚੈਨਲ ਕੋਈ ਐਵੇਂ ਨਹੀਂ ਚੱਲਦਾ ਪਿਆ ਠੀਕ ਹੈ ਚੈਨਲ ਵਿੱਚੋਂ ਲੱਖਾਂ ਰੁਪਏ ਚੈਨਲ ਵਿੱਚੋਂ ਆਉਂਦੇ ਨੇ ਤੇ ਉਹਨਾਂ ਦੇ ਬਾਵਜੂਦ ਵੀ ਫਿਰ ਵੀ ਮੰਗੀ ਪੈਣੀ ਲਾਉਣ ਦਾ ਕੋਈ ਤਕ ਨਹੀਂ ਬਣਦਾ ਬਿਲਕੁਲ ਨਾ ਤਾਂ ਮੇਰਾ ਜ਼ਮੀਰ ਗਵਾਰਾ ਕਰਦਾ ਕਿ ਬਿਲਾ وجہ ਬਗੈਰ ਸਬੂਤ ਤੂੰ ਕਿਸੇ ਤੇ ਇਲਜ਼ਾਮ ਲਾਉਣ ਨੂੰ ਠੀਕ ਹੈ ਨਾ ਮੈਂ ਇਸ ਤਰ੍ਹਾਂ ਦਾ ਗੱਟਿਆ ਇਨਸਾਨ ਆ ਕਿ ਕਿਸੇ ਬਿਲਾ ਵਜਾ ਕੀ ਚੜ੍ਹੂ ਛਾਲਾਂ ਜਾਂ ਇਨਜਾਮ ਲਾਵਾਂ ਜਾਂ ਝੂਠ ਬੋਲਣਾ ਕਿਉਂਕਿ ਮੈਂ ਮਰਨਾ ਹੈ ਮੈਂ ਕਬਰੇ ਜਾਣਾ ਹੈ ਠੀਕ ਆ ਇਹਨਾਂ ਨੂੰ ਕਬਰ ਦੀ ਜਾਂ ਮਰਨ ਦਾ ਕੋਈ ਫਿਕਰ ਨਹੀਂ ਆ ਇਹਨਾਂ ਨੂੰ ਕੋਈ ਇਹਨਾਂ ਨੂੰ ਫਿਕਰ ਹੁੰਦਾ ਤੇ ਇਹਨਾਂ ਮਾਂ ਬਾਪ ਨੇ ਇਹ ਹਾਲ ਕਰਨਾ ਸੀ ਔਰ ਮੈਂ ਅੱਜ ਵੀ ਗੱਲ ਕੀਤੀ ਆ ਇਹ ਜੋ ਗੱਲਾਂ ਕੀਤੀਆਂ ਮੈਂ ਤਨ ਸਬੂਤ ਦਿਖਾਇਆ ਕਿ ਇਨਸਾਨ ਕਿਸ ਤਰ੍ਹਾਂ ਦਾ ਹੈਗਾ ਆਪਣੀ ਜਿਦਾਦ ਕਿਸ ਤਰ੍ਹਾਂ ਛੁਪਾਂਦਾ ਹੈ ਸਾਨੂੰ ਕਹਿੰਦਾ ਜਿੰਦੇ ਨਾਲ ਵੀ ਅੰਦਰ ਰਬਤਾ ਹੋਇਆ ਹੈ ਨਾ ਯੂਕੇ ਜਾਂ ਕਿੱਥੇ ਵੀ ਕਿਸੇ ਅ ਔਰਤ ਨਾਲ ਹੋਇਆ ਬੰਦੇ ਨਾਲ ਹੋਇਆ ਯੂਕੇ ਬਾਹਰਲੇ ਮੁਲਕਾਂ ਦੇ ਜਿੰਦੇ ਕੋਈ ਨੇ ਪੈਸੇ ਡਾਣੇ ਯੂਈ ਨੇ ਗੱਲ ਕੀਤੀ ਕਿ ਮੇਰਾ ਭਰਾ ਮੇਰੀ ਕੋਈ ਹੈਲਪ ਨਹੀਂ ਕਰਦਾ ਕੋਈ ਹੈਲਪ ਨਹੀਂ ਕਰਦਾ ਅਸੀਂ ਮਰਦੇ ਪਿਆ ਬੁੱਖੇ ਜਲਦੀ ਜਲਦੀ ਸਾਨੂੰ ਜਿਹੜਾ ਨਾ ਪੈਸੇ ਭੇਜੋ ਜਿਹੜਾਗਾ ਨਾ ਕੋਈ ਹਾਲ ਨਹੀਂ ਆ ਬੱਚੇ ਬਿਮਾਰ ਪੈ ਨੇ ਦਵਾਈ ਦੇ ਪੈਸੇ ਕੋਈ ਨਹੀਂ ਆ ਹੋਰਾਂ ਪ੍ਰੈਂਸ ਤਰ੍ਹਾਂ ਦੀ ਗੱਲਾਂ ਕਰਕੇ ਜਿਹੜਾਗਾ ਨਾ ਮੇਰੀ ਇੱਜ਼ਤ ਜਿਹੜੀ ਨੇ ਖਰਾਬ ਕਰਦਾ ਕਿਉਂਕਿ ਕਾਫੀ ਸਾਰੀ ਸਿਸਟਰ ਮੈਨੂੰ ਫੋਨ ਕਰਕੇ ਕਹੇਗਾ ਕਿ ਤੇਰਾ ਭਰਾ ਇਹ ਗੱਲ ਕੀਤੀ ਫਿਰ ਅਸੀਂ ਉਹਨੂੰ ਜਿਹੜਾ ਨਾ ਪੈਸੇ ਭੇਜਾਂਗਾ ਸਿਸਟਰ ਮੈਂ ਪਾਗਲ ਨਾ ਮੇਰਾ ਭਰਾ ਹੈਗਾ ਅਗਰ ਉਹਨੂੰ ਇਸ ਤਰ੍ਹਾਂ ਦਾ ਕੋਈ ਮਸਲਾ ਹੋਵੇ ਸੌ ਹੋਵੇ ਉਹ ਮੇਰੇ ਕੋ ਲੈ ਲਵੇ ਉਹਦਾ ਮਾਂ ਪਿਓ ਜਿੰਦਾ ਮਾਂ ਪਿਓ ਕੋ ਪੈਸੇ ਨਹੀਂ ਉਹ ਲੈ ਲਵੇ ਸਾਨੂੰ ਇਸ ਤਰ੍ਹਾਂ ਦੀ ਉਹਨੇ ਗੱਲ ਹੀ ਕਦੇ ਨਹੀਂ ਕੀਤੀ ਆ ਜਿਸ ਤਰ੍ਹਾਂ ਦੀ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਗਾ ਮਰਦਾ ਪਿਆ ਮੇਰਾ ਕੋਈ ਹਾਲ ਨਹੀਂ ਆ ਮੈਨੂੰ ਇੰਝ ਲਾਤल्लਕ ਕੀਤਾ ਹੋਇਆ ਮਾਂ ਪਿਓ ਵੀ ਮੇਰੇ ਨਾਲ ਨਹੀਂ ਆ ਫਲਾਣਾ ਹੀ ਨਹੀਂ ਨਾਲ ਫਲਾਣਾ ਹੀ ਨਹੀਂ ਨਾਲ ਕਰਕੇ ਦੇਣਾ ਲੋਕਾਂ ਕੋ ਪੈਸੇ ਬਟੋਰਦਾ ਹੈਗਾ ਅੱਲਾ ਮਾਫ ਕਰੇ ਪੈਸਾ ਜਿਹੜਾ ਹੈਗਾ ਨਾ ਦੁਨੀਆ ਤੇ ਕੰਮ ਨਹੀਂ ਆਣਾ ਮੈਂ ਜੋ ਚੀਜ਼ ਵੀ ਲਈ ਆ ਅਲhamdulillah ਅੱਲਾ ਪਾਕ ਦਾ ਸ਼ੁਕਰ ਹੈ ਕਸਮ ਚੁੱਕ ਕੇ ਕਹਿਣਾ ਤੁਹਾਡੇ ਕੋ ਕੋਈ ਚੀਜ਼ ਛੁਪਾਈ ਨਹੀਂ ਆ ਸਾਰਾ ਕੁਝ ਦਿਖਾਇਆ ਗਾਰਡਨ ਬਣਾਇਆ ਘਰ ਬਣਾਇਆ ਫਰਿਜ ਦੀ ਅੱਗੇ ਤੁਹਾਨੂੰ ਦੱਸਿਆ ਸਾਰੀ ਹਲਚਾ ਲਈਓ ਤੁਹਾਨੂੰ ਦਿਖਾਈ ਆ ਭਾਈ ਅਹਿਮਦ ਹੈਗਾ ਉਹਨੇ ਜੋ ਜੋ ਚੀਜ਼ਾਂ ਲਈਆਂ ਸਾਰਾ ਕੁਝ ਜਿਹੜਾ ਨਾ ਸੀ ਦਿਖਾਇਆ ਅਲਹਮਦੁਲਿਲਾ ਅੱਗੇ ਵੀ ਮੈਂ ਕੱਲ ਵੀ ਕੱਲ੍ਹ ਵਾਲ ਵਲਾਗ ਜੀ ਕਹਿ ਰਿਹਾ ਸੀ ਮੋਟਰਸਾਈਕਲ ਨਵਾਂ ਜਿਹੜਾ ਹੈਗਾ ਨਾ ਲੈਣਾ ਹੈ ਸ਼ਾਇਦ ਅੱਜ ਜਾਵਾਂ ਅਗਰ ਮਿਲ ਗਿਆ ਠੀਕ ਹੈ ਨਹੀਂ ਤਾਂ ਬੁੱਕ ਕਰ ਆਵਾਂਗਾ ਅੱਛਾ ਜਿਹਾ ਮੋਟਰਸਾਈਕਲ ਲੈਣ ਲੱਗਿਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗਾ ਮੈਨੂੰ ਕੀ ਜ਼ਰੂਰਤ ਤੇ ਛੁਪਾਉਣ ਦੀ ਜਦੋਂ ਅੱਲਾ ਪਾਕ ਦੇ ਰਿਹਾ ਤੇ ਅੱਲਾ ਪਾਕ ਦਾ ਸ਼ੁਕਰ ਅਦਾ ਕਰੋ ਕਿ ਯਾ ਅੱਲਾ ਪਾਕ ਤੇਰਾ ਸ਼ੁਕਰ ਹੈ ਕਿ ਤੁਮੈ ਜਿਹੜਾ ਨਾ ਦੋ ਤਿੰਨ ਟਾਈਮ ਦੀ ਰੋਟੀ ਸੁਥਰੀ ਜਿਹੜੀਆਂ ਨਾ ਖਾਵਣੀ ਨਸੀਬ ਕਰੀਆ ਲੇਕਿਨ ਉਹਦੇ باوجود ਵੀ ਅਗਰ ਤੁਸੀਂ ਖਾ ਰਹੇ ਹੋ ਤੇ ਵਖਾ ਤੁਸੀਂ ਰਹੇ ਹੋ ਮਿਰਚਾਂ ਕਟਰੇਆਂ ਫਲਾਨ ਸੇ ਕਟਰੇਆਂ ਉਹ ਫਿਰ ਕੀ ਬੰਦੇ ਦੀ ਕਾਤ ਰਹਿ ਜਾਂਦੀ ਆ ਤੇ ਰੱਬ ਨੂੰ ਰੱਬ ਨੂੰ ਮੂੰਹ ਖਾਵਣ ਦੇ ਬੰਦੇ ਲਾਇਕ ਰਹਿੰਦਾ ਹੈਗਾ ਮੈਨੇ ਜੀ ਦੀ ਫਿਕਰ ਨਹੀਂ ਮੈਨੂੰ ਤਾਂ ਸਿਰਫ ਆਪਣੀ ਫਿਕਰ ਆ ਕਿ ਮੈਂ ਰੱਬ ਅੱਗੂ ਜਿਹੜਾ ਨਾ ਮੈਂ ਜਾਣਾ ਹੈ ਤੇ ਮੈਂ ਆਪਣੇ ਕੀ ਅਮਾਲ ਲੈ ਕੇ ਜਾਣਿਆ ਮੈਨੂੰ ਕਿਸੇ ਦੀ ਫਿਕਰ ਨਹੀਂ ਆ ਮੈਂ ਤੇ ਇੱਕ ਸਮਝਾਣਾ ਚਾਹਨਾ ਕਿ ਲਾਲਚ ਤੋਂ ਬਚ ਜਿਓ ਲਾਲਚ ਨਾ ਕਰੋ ਸਹੀ ਤਰੀਕੇ ਅਗਰ ਹੁਣ ਵੀ ਮੈਂ ਕਹਿੰਨਾ ਕਿ ਹੁਣ ਵੀ ਜੇਕਰ ਉਹ ਸੁਧਰ ਜਾਂਦੇ ਆ ਮਾਂ ਪਿਓ ਕੋ ਆ ਕੇ ਮਾਫੀ ਮੇਰੇ ਕੋ ਚਾਹ ਨਾ ਹੀ ਮੰਗੇ ਮੈਂ ਕੋਈ ਖੁਦਾ ਕੋ ਨਹੀਂ ਆ ਜਿਹੜਾ ਗਾ ਮੈਂ ਕਿਸਨ ਮਾਫ ਕਰਨਾ ਹੀ ਸੋਚੀ ਮਾਂ ਪਿਓ ਕੋ ਆ ਕੇ ਮਾਫੀ ਮੰਗ ਲਵੇ ਆਪਣੇ ਘਰ ਆਵੇ ਤੇ ਆ ਮੰਗਣਾ ਪਿੰਨਾ ਹੀ ਉਹਨਾਂ ਦੀ ਚੀਜ਼ਾਂ ਛੱਡ ਦੇ ਕਿਉਂਕਿ ਹੁਣ ਤਾਂ ਹਾਲ الحمدullah ਹੱਛਾ-ਖਾਸਾ ਚੈਨਲ ਵੀ ਚੱਲ ਰਿਹਾ ਕਮਾਈ ਆ ਰਹੀ ਹੈ ਚੁੱਕ ਕਰਕੇ ਆਪਣੇ ਬੱਚੇ ਸਾਹਮਣੇ ਚੁੱਕ ਕਰਕੇ ਆਪਣਾ ਜਿਹੜਾ ਨੰਕਰ ਦਾ ਇਨਜਾਮ ਚਲਾਵੇ ਲੇਕਿਨ ਸ਼ਿਰਕਤਬਾਜ਼ੀ ਮੇਰੇ ਨਾਲ ਨਾ ਕਰੇ ਉਹਦੀ ਵਜ੍ਹਾ ਹੈ ਕਿ ਜਿੰਦੇ ਜਿਹੜੇ ਮੈਨੂੰ ਗਾਲ੍ਹਾਂ ਕੱਢਦੇ ਨੇ ਜਿਹੜੇ ਮੇਰੇ ਖਿਲਾਫ ਨੇ ਉਹਨਾਂ ਦੇ ਨਾਂ ਰਾਲ ਕੇ ਜਿਹੜਾ ਬੈ ਕੇ ਰੋਟੀ ਪਾਣੀ ਖਾਂਦਾ ਮਜ਼ਾਕ ਉਡਾਂਦਾ ਇਹ ਚੀਜ਼ਾਂ अच्छੀਆਂ ਨਹੀਂ ਹੈਗੀਆਂ ਮੈਨੂੰ ਹੱਛੀਆਂ ਨਹੀਂ ਲੱਗਦੀਆਂ ਮੈਂ ਕਾਫੀ ਦਿਨ ਤੋ ਬਰਦਾਸ਼ਤ ਕਰ ਰਿਹਾ ਸੀ ਲੇਕਿਨ ਆਖੀਰੀ ਮੈਂ ਕੋਈ ਗੱਲ ਫੇਰ ਵੀ ਮੈਂ ਉਹਦੇ ਇਤਨੇ ਗੱਲਾਂ ਹੋਣ ਦੇ ਬਾਵਜੂਦ ਵੀ ਉਹਦੇ ਨਾਲ ਬੋਲ ਚਾਲ ਰੱਖਿਆ ਤੁਸੀਂ ਵੇਖਣ ਕੱਲ ਹੀ ਮੈਂ ਉਹਦਾ ਹਾਲ ਚਾਲ ਵੀ ਪੁੱਛਣ ਗਿਆ ਸੀ ਮੈਂ ਅਸੀਂ ਕੋਈ ਗੱਲ ਮੇਰੇ ਵਿੱਚ ਕੋਈ ਨਹੀਂ ਆ ਉਹਦੀ ਸਿਰਫ ਅੰਮੀ ਹੋਰਾਂ ਨੇ ਸਿਸਟਰ ਜਿਹੜੀ ਵੱਡੀ ਹੈਗੀ ਉਹਨੇ ਵਲਾ ਕੱਲ ਦੇਖਿਆ ਪਈ ਤੇ ਤਾਂ ਠੀਕ ਠਾਕ ਸਹੀ ਸਲਾਮਤ ਹੈਗਾ ਤੇ ਐਨਐਸਤਨ ਦਾ ਬਲੌਗ ਤੋਂ ਬਣਾਇਆ ਕੱਲ ਅੱਬੂ ਲੜਿਆ ਹੈਗਾ ਬਸ ਇਸ ਵਜ੍ਹਾ ਤੂੰ ਆਉ ਮੁੰਡਾ ਜਿਹੜਾ ਆਂਦਾ ਉਹਨੂੰ ਰੋਕਿਆ ਸੀ ਉਹਦੀ ਫਜਾਤ ਕਰਿਆ ਹੋਰ ਕੋਈ ਗੱੜ ਵਿੱਚ ਲੜਾਈ ਨਹੀਂ ਕੋਈ ਮਸਲਾ ਨਹੀਂ ਕਿਸੇ ਕਿਸਮ ਦਾ ਲੜ ਕੇ ਮਾਂ ਪਿਓ ਨਾਲ ਗਿਆ ਤੇ ਉੱਥੇ ਜਾ ਕੇ ਕੀਚੜ ਸਾਰਾ ਉਹਨੇ ਮੇਰੇ ਤੇ ਉਛਾਲਿਆ ਹਾਲਾਂਕਿ ਮੇਰੀ ਤੁੰਦੀ ਤੇ ਲੜਾਈ ਕੋਈ ਨਹੀਂ ਹੋਈ ਇੰਨੀ ਸਾਰੀ ਵੀ ਤੁਸੀਂ YouTube ਤੇ ਦੇਖਿਆ ਹੋਣਾ ਮੈਂ ਕੱਲ ਕਲਿੱਪ ਪਾਈ ਸੀ ਉਹ ਸਿਰ ਮਾਂ ਪਿਓ ਨਾਲ ਲੜ ਰਿਹਾ ਸੀ ਤੇ ਮਿਹਨਤਾਂ ਦੀ ਲੜਾਈ ਹੋਈ ਵੀ ਕੋਈ ਨਹੀਂ ਜ਼ਰੀ ਸਾਰੀ ਨਾ ਉਹਦੇ ਨਾਲ ਗੱਲ ਹੋਈ ਆ ਕਿਸੇ ਕਿਸਮ ਦੀ ਸਾਡਾ ਕੱਲ ਤਾਂ ਸਮਝ ਲੋ ਕਿ ਲੜਾਈ ਤੂੰ तकरीबन 10 ਮਿੰਟ ਪਹਿੜ ਸਾਡਾ ਬੋਲ ਚਾਲ ਹੈਗਾ ਸੀ ਮੈਂ ਉਹਦਾ ਹਾਲ ਪੁੱਛਣ ਗਿਆ ਸੀ ਤੁਸੀਂ ਵੀ ਸ਼ਾਇਦ ਵੇਖਿਆ ਹੋਣਾ ਵੀਡੀਓ ਦੇ ਵਿੱਚ ਪਿੱਛੇ ਜਿਹੜੇ ਕਲਿੱਪ ਜਦੋਂ ਕਹਿ ਰਿਹਾ ਸੀ ਮੇਰੀ ਵਾਲੀ ਸੀੜੀ ਨਾ ਦਿਖਾਵੀਂ ਠੀਕ ਆ ਮੈਂ ਗੱਲ ਕਰਦਾ ਆ ਸਾਡੀ ਤਾਂ ਲੜਾਈ ਵੀ ਕੋਈ ਨਹੀਂ ਆ ਗਈ ਸੀ ਬਿੱਲਾ ਵਜਾ ਕੱਲ ਉਹ ਕਹਿ ਰਿਹਾ ਫਲਾਂ ਨਿਗਾਨ ਨਵਾਜ਼ ਇੰਜ ਕਰ ਛੜ ਨਵਾਜ਼ ਇੰਜ ਖੜਾ ਨਵਾਜ਼ ਕੀ ਕਰ ਛੜ ਨਵਾਜ਼ ਇਹੋ ਕੁਛ ਕੀਤਾ ਹੈਗਾ ਕਿ ਤੁਹਾਨੂੰ ਕਾਮਯਾਬ ਉਹਨੇ ਕਰ ਦਿੱਤਾ ਤੁਹਾਡੇ ਬੱਚਿਆਂ ਦੀ ਰੋਜ਼ੀ ਚਲਾ ਦਿੱਤੀ ਆ ਇਹ ਮੇਰੇ ਕੋ ਗੁਨਾ ਮਾਦਰਤ ਜਾਨ ਸਾਰਿਆਂ ਤੋਂ